ਸੈਦਾ ਦੇ ਲੱਕ ਪਏ ਹੱਲੇ ਆ। ਸ਼ਬੀਰਾ ਦਿਨ ਮੈਂ ਸਮਝਿਆ ਦਾ ਸੀ ਬਾਬਾ ਮੈਨ ਤੀਰ ਖਾ ਗਏ, ਸ਼ਬੀਰਾ ਦੇ ਮੈਂ ਕੰਨ ਲਾਵਾਂ ਤੇ ਮੇਰਾ ਪੁੱਤਰ ਪਿਆ ਦਈ ਬਾਬਾ ਮੇਰੀ ਅੰਮਾ ਤੇ ਨਾਰਾਜ਼ ਨਾ। ਓਏ ਤੀਰ ਵੱਡਾ ਮੇਰੀ ਗਰਦਨ ਛੋਟੀ ਆ। ਆਬਾਦ ਰਵੇ ਆਬਾਦ ਰਵੇ ਆਬਾਦ ਰਵੇ ਆਬਾਦ ਰਵੇ ਹਾਏ ਕਰਨ ਵਾਲਾ ਕਿਸੇ ਗਮ ਵਿੱਚ ਹਾਏ ਨਾ ਵੀ ਆਜ਼ਾਦ ਆ ਤੇਰਾ ਵਿਹੜਾ ਆਬਾਦ ਰਹੇ ਵਤਨ ਦੇ ਆਜ਼ਾਦਾਰੋ। ਮੈਂ ਦੁਆ ਹੀ ਦੇ ਸਕਦਾ ਮੈਂ ਦੁਆ ਦੇਣਾ ਮੇਰਾ ਅੱਲਾ ਜਿਤਨੇ ਹਾਏ ਕਰ ਰਹੇ ਨੇ ਨਨ ਮਰਨ ਤੋਂ ਪਹਿਲੇ ਇੱਕ ਵਾਰੀ ਹੋ ਜਾ ਵੇਖਾ ਜਿੱਥੇ ਬੜੀ ਦੇਰ ਹੁਸੈਨ ਪੁੱਤਰ ਜਾ ਕੇ ਪਾਣੀ ਮੰਗਦਾ ਰਿਹਾ। ਆਜ਼ਾਦਾਰਾ ਮੇਰਾ ਅੱਲਾ ਗਵਾਏ ਆਸ਼ੂ ਦੇ ਅਮਾਲਨ ਮੈਂ ਜਲਦੀ ਕਰ ਰਿਹਾ ਜੋ ਮਜਲੇ ਸੁਣ ਖਤਮ ਹੋ ਜਾਣੀ ਚਾਹੀਦੀ ਹੈ। ਸੋਹਣੀ ਹਾਇਆ ਆ ਗਈ ਹੈ ਇੱਕ ਵੈਣ ਆਸ਼ੂਰ ਦੇ ਅਮਾਲ ਸੱਤ ਵਾਰੀ ਅੱਗੇ ਸੱਤ ਵਾਰੀ ਪਿੱਛੇ ਕਿਉਂ ਆਉਂਦੇ ਹੋ ਸ਼ਬੀਰ ਪੁੱਤਰ ਚਾਹ ਕੇ ਹੋਇਆ ਆਪਣੇ ਆਪ ਨੂੰ ਆਦਾ ਇੰਜ ਲੈ ਗਿਆ ਮਤੇ ਮਾਂ ਮਰ ਜਾਵੇ ਮਤੇ ਭੈਣਾਂ ਮਰ ਜਾਵੇ ਸੈਯਦਾ ਦੇ ਲੈ ਜਾਣਾ ਵੀ ਜ਼ਰੂਰ ਹੈ। ਅਸਗਰ ਦੀ ਗਰਦਨ ਹੁਸੈਨ ਆਪ ਜੋੜੀ ਹੈ ਜੋੜ ਕੇ ਹੁਸੈਨ ਉੱਤੇ ਕੱਪੜਾ ਪਾਇਆ ਹੈ ਜਾਂ ਈਰਾਨ ਦੀ ਮਲਕਾ ਦੇ ਖੇਮੇ ਸ਼ਬੀਰ ਪਹਿਲਾ ਕਦਮ ਰੱਖਿਆ ਹੈ ਜਾਂ ਮੇਰੀ ਸੈਣ ਦਾ ਪਹਿਲਾ ਵੈਣ ਆਇਆ ਮੌਲਾ ਥੋੜਾ ਜਿਹਾ ਕੋ ਖੋਲਣਾ ਇਸ ਦਾ ਮੌਲਾ ਪਾਣੀ ਪੀ ਆਇਆ ਹੈ ਸੈਯਦਾ ਦਹਾਂ ਰਬਾ ਪੀ ਆਇਆ ਹੈ। ਮੈਨੂੰ ਵਤਨ ਵਾਲੇ ਹੋ ਇਜਾਜ਼ਤ ਦਿਓ ਜਿਵੇਂ ਹੈ ਰਵਾਇਤ ਮੈਂ ਪੜ੍ਹਾਂ ਜਿਹੜੇ ਹਲਕੇ ਦੇ ਮਨ ਵੀ ਹੋ ਬੜਾ ਆਜ਼ਾਦਾ ਰਹੋ ਮੇਰੀ ਸੈਣਾ ਦੀ ਹੈ ਮੌਲਾ ਅਗਰ ਅਮਰ ਕਰੇ ਤਾਂ ਮੈਂ ਪੁੱਤਰ ਦਮੋ ਵੇਖ ਲਵਾਂ ਸੈਯਦਾ ਤੇਰੇ ਹੈ ਲੈ ਰਬਾਬ ਲਿਆ ਕੁਰਾਨ ਰੱਖ ਮੇਰੇ ਸਰ ਤੇ ਮੈਂ ਗਲਤ ਜਵਾਨੀ ਨਸੀਬ ਨਾ ਹੋਵੇ ਅਦਾਦਾਰਾ ਜਦੋਂ ਨਿੱਕੇ ਬੱਚਿਆਂ ਨੂੰ ਥੋੜੀ ਦੇਰ ਬਾਅਦ ਮਾਂ ਚਾਵੇ ਮਾਵਾਂ ਇੰਜ ਨਹੀਂ ਚਾਹੁੰਦੀਆਂ ਮਾਵਾਂ ਇੰਜ ਚਾਹੁੰਦੀਆਂ ਨਾ ਮੈਂ ਅਲਮ ਦੀ ਕਸਮ ਹੈ ਰਬਾਬ ਇੰਜ ਚਾਹਿਆ ਏ ਗਰਦਨ ਇੱਥੇ ਆ ਜਿਹਦਾ ਸਰ ਦੁਖਦਾ ਏ ਮਾਤਮ ਨਾ ਕਰੇ ਹੁਸੈਨ ਪੁੱਤਰ ਵਾਪਿਸ ਲੈ ਕੇ ਆਉਂਦਾ ਏ ਹੁਕਮ ਕਰੋ ਬਤੂਲ ਨਵਚੜਾ ਹੁਸੈਨ ਪੁੱਤਰ ਵਾਪਿਸ ਲੈ ਗਿਆ ਦੈ ਤੂੰ ਪੁੱਤਰ ਨੂੰ ਚਾ ਮੈਂ ਕਬਰ ਬਣਾਵਾਂ ਦਫਨੇ ਦਿਆਂ ਦੋ ਵੇਰ ਆਬਾ ਯਾ ਜ਼ਹਰਾ ਆ ਮੇਰਾ ਮੌਲਾ ਆ ਮੇਰਾ ਮੌਲਾ ਆ ਮੇਰਾ ਮੌਲਾ ਆ ਮੇਰਾ ਮੌਲਾ ਕਿਸੇ ਗਮ ਵਿੱਚ ਹੈ ਨਾ ਵੀ ਅਜ਼ਾਦਾਰ ਕੋਈ ਮੁਸ਼ਕਿਲ ਦੁਆ ਹੋਵੇ ਤਾਂ ਝੋਲੀ ਚ ਰੱਖਿਆ ਹੈ ਛੋੜ ਦਿੱਤੀ ਇਹ ਗੱਲ ਅਜ਼ਾਦਾਰੋ ਮੇਰਾ ਅੱਲਾ ਗਵਾਹ ਹੈ ਫਿਰ ਹਮੇਸ਼ਾ ਦੀ ਇੱਥੇ ਇੱਕ ਰਵਾਇਤ ਹੈ ਬਾਰ ਬਾਰ ਮੇਰੇ ਜ਼ਿਹਨ ਚ ਆ ਰਹੀ ਹੈ ਵਤਨ ਸੋਹਣਾ ਰੋ ਰਿਹਾ ਹੈ ਮੇਰਾ ਦਿਲ ਮੈਂ ਪੜ ਜਾਵਾਂ ਅੱਲਾਮਾ ਲਿਖ ਰਿਹਾ ਹੈ ਅਲੀ ਅਸਗਰ ਦੀ ਅੰਮਾ ਤੋਂ ਬਾਅਦ ਜਿਸ ਅਸਗਰ ਸਭ ਤੋਂ ਪਹਿਲੀ ਵਾਰੀ ਚਾਹਿਆ ਹੈ ਉਹ ਅਲੀ ਦੀ ਨਿੱਕੀ ਧੀ ਆ ਸੈਣ ਉਮੈ ਕਲਸੂਮਾ ਅਲੀ ਅਸਗਰ ਦੀ ਫੁੱਫੀ ਆ ਅਸਗਰ ਚਾਹਿਆ ਹੈ ਮੇਰੀ ਸੈਣ ਹੁਸੈਨ ਦਾ ਚਿਹਰਾ ਵੇਖਿਆ ਹੈ ਆਦੀ ਹੈ ਹੁਸੈਨ ਅਸਗਰ ਨੂੰ ਤੀਰ ਕਿੱਥੇ ਲੱਗਾ ਸੈਯਦਾ ਦੇ ਗੱਲ ਚ ਲੱਗਾ ਆਦੀ ਉਹ ਬਤੂਲ ਲਵਚੜਾ ਇਹ ਅਸਗਰ ਦੀ ਗਰਦਨ ਦਾ ਜ਼ਖਮ ਅਸਗਰ ਦੇ ਸ਼ਿਕਮ ਤਾਈਂ ਕਿਵੇਂ ਆਇਆ ਹੈ ਉਹ ਨਹੀਂ ਸ਼ੀਆ ਜਿਹੜਾ ਸਰ ਪਿਆਰਾ ਕਰ ਜਾਏ ਸੈਯਦਾ ਦੇ ਕਲਸੋਮ ਤੀਰ ਨੂੰ ਜ਼ਹਿਰ ਲੱਗਿਆ ਹੋਏ ਉਹ ਮੇਰਾ ਪੁੱਤਲ ਯਾ ਜ਼ਹਰਾ ਆ ਮੇਰਾ ਮੌਲਾ ਆ ਮੇਰਾ ਮੌਲਾ ਮੇਰਾ ਮੌਲਾ ਇਹਨਾਂ ਦਾ ਮਾਤਮ ਕਬੂਲ ਫਰਮਾ ਜ਼ਖਮੀ ਰੁੱਲੀ ਹੋਈ ਸੈਣ ਇਹਨਾਂ ਦਾ ਮਾਤਮ ਕਬੂਲ ਫਰਮਾਓ ਸੈਯਦਾ ਦਾ ਤੇ ਪੁੱਤਰ ਦਫਨਾਨਾ ਖੈਮਿਆਂ ਦੇ ਪਿਛਲੇ ਪਾਸੇ ਹੁਸੈਨ ਆਇਆ ਹੈ ਮੇਰੇ ਮੌਲਾ ਨੇ ਆਪਣੇ ਅਮਾਮੇ ਦਾ ਹਿੱਸਾ ਕੀਤਾ ਇੱਕ ਵਿੱਚ ਅਸਗਰ ਲਪੇਟਿਆ ਹਾਏ ਹੁਸੈਨ ਇੰਝ ਅਸਗਰ ਲਪੇਟਿਆ
ਮੇਰੇ ਮੌਲਾ ਨੇ ਤਲਵਾਰ ਮਿੱਟੀ ਵਿੱਚ ਪਾਈ ਹੈ, ਮੇਰੀ ਗੱਲ ਮਹਾਤਮੇ ਨਾਲ ਹੈ। ਚੌਥੀ ਵਾਰੀ ਹੁਸੈਨ ਕਬਰ ਪਿਆ ਬਣਾਉਂਦਾ ਹੈ ਜਾਂ ਚੌਥੇ ਅਸਮਾਨ ਤੇ ਜਬਰਾਈਲ ਤਾਜ ਲਾਇਆ ਹੈ, ਆਦ ਹੈ ਮੇਰਾ ਅੱਲਾ ਝੂਲਾ ਮੈਂ ਝੁਲਾਉਂਦਾ ਰਿਹਾ, ਆਵਾਜ਼ ਰੱਬੇ ਜਲੀਲ ਆਇਆ ਹੁਆ ਹੁਸੈਨ, ਅੱਲਾ ਇਜਾਜ਼ਤ ਦੇ ਮੈਂ ਹੁਸੈਨ ਦੀ ਮਦਦ ਕਰਦਾ, ਅੱਜ ਇਜਾਜ਼ਤ ਹੈ। ਜਿਬਰਾਈਲ ਤਪਦੇ ਕਰਬਲਾ ਦੇ ਸਹਰਾ ਵਿੱਚ ਆਇਆ ਹੈ, ਬਤਨ ਵਾਲਿਆ ਆਪ ਨਹੀਂ ਆਇਆ, ਗਾਜ਼ੀ ਦੀ ਸ਼ਕਲ ਬਣਾ ਕੇ ਆਇਆ ਹੈ, ਹੁਸੈਨ ਦੇ ਹੱਥ ਹੱਥ ਰੱਖਿਆ ਹੈ, ਅੱਜ ਪਿੱਛੇ ਹੋ ਜਾ, ਪੁੱਤਰਾਂ ਦੀਆਂ ਕਬਰਾਂ ਨਹੀਂ ਬਣਾਈ ਦੀਆਂ। ਸੈਯਦ ਆਦਾ ਤੂੰ ਜਿਬਰਾਈਲ ਘਰ ਦੇ ਮਰੀਜ਼ਾਂ ਨੂੰ ਸ਼ਿਫਾ ਅਤਾ ਫਰਮਾ।